ਸਤਿ ਸ਼੍ਰੀ ਅਕਾਲ ਜੀ, ਅੱਜ ਆਪਣੇ ਕੋਲ ਨੌ ਦੋ ਨੌਜਵਾਨ ਨੇ। ਕੀ ਨਾਮ ਚ? ਬਲਪ੍ਰੀਤ ਸਿੰਘ ਜੀ, ਗੁਰਵਿੰਦਰ ਸਿੰਘ। ਗੁਰਵਿੰਦਰ ਸਿੰਘ, ਇਹ ਬੱਚੇ ਆਪਣੇ ਕੋਲ ਆਏ ਨੇ ਲੁਧਿਆਣੇ ਤੋਂ ਹੀ ਨੇ ਮੇਨਲੀ ਇਹ, ਅਤੇ ਬੱਚੇ ਹੁਣ ਪਹਿਲਾਂ ਕਿਸੇ ਅਕੈਡਮੀ 'ਚ ਸੀਗੇ, ਠੀਕ ਹੈ। ਸਾਰਾ ਨਾਮ ਨਹੀਂ ਅਸੀਂ ਰਿਵੀਲ ਕਰਾਂਗੇ ਸਾਰਾ ਕੁਝ ਚੀਜ਼ਾਂ, ਬਟ ਉਸ ਅਕੈਡਮੀ ਦਾ ਅਤੇ ਇਸ ਅਕੈਡਮੀ ਦਾ ਆਪਾਂ ਡਿਫਰੈਂਸ ਜਿਹੜਾ ਇਹਨਾਂ ਬੱਚਿਆਂ ਤੋਂ ਖੁਦ ਹੀ ਤੁਸੀਂ ਮੂੰਹੋਂ ਹੀ ਸੁਣ ਲਿਓ, ਹੈ ਨਾ, ਕਿੱਦਾਂ ਕਿੱਦਾਂ ਕੀ ਸੀ ਨਾ ਸਾਰਾ, ਹੈ ਨਾ ਬੱਚੇ। ਹਾਂਜੀ, ਕਿਉਂਕਿ ਇਹ ਗਲਤੀ ਤੁਸੀਂ ਵੀ ਕਰ ਸਕਦੇ ਹੋ ਸਾਰੇ, ਹੈ ਨਾ, ਮੋਸਟਲੀ ਜਿਹੜੇ ਬੱਚੇ ਪੰਜਾਬ ਯੂਨੀਵਰਸਿਟੀ ਭਰਤੀ ਦੇਖਣ ਜਾ ਰਹੇ ਨੇ ਜਾਂ ਕੁਛ ਵੀ, ਹੈ ਨਾ, ਤਾਂ ਕਿਸੇ ਅਕੈਡਮੀ 'ਚ ਜਾਣ ਤੁਸੀਂ ਵਿਜ਼ਿਟ ਕਰਨ ਜਾਂ ਫਿਰ ਤੁਸੀਂ ਉੱਥੇ ਪਹਿਲਾਂ ਹੀ ਪੇਮੈਂਟ ਕਰ ਦਿੰਦੇ ਹੋ ਜਾਂ ਕੁਛ ਵੀ ਆ, ਤਾਂ ਉਹ ਗੱਲਾਂ ਤੁਹਾਨੂੰ ਚਾਨਣਾ ਪਾਉਣਾ ਅੱਜ ਵੀ ਤੁਸੀਂ ਕਿੱਦਾਂ ਇਹ ਸਭ ਚੀਜ਼ਾਂ ਤੋਂ ਬਚ ਸਕਦੇ ਹੋ। ਮੇਰੀ ਖੁਦ ਦੀ ਅਕੈਡਮੀ ਆ ਅਤੇ ਮੈਂ ਖੁਦ ਤੁਹਾਨੂੰ ਇਸ ਚੀਜ਼ ਲੈ ਕੇ ਅਵੇਅਰ ਕਰ ਰਿਹਾ ਕਿ ਭਾਈ, ਹੈ ਨਾ, ਜਾਲਸਾਜੀ ਤੋਂ ਬਚੋ, ਠੀਕ ਆ। ਮੇਨਲੀ ਗੱਲ ਜਿਹੜੀ ਹੈਗੀ ਆ, ਤੁਹਾਡੇ ਪੇਰੈਂਟਸ ਬਹੁਤ ਔਖਾ ਹੋ ਕੇ ਪੈਸੇ ਕਮਾਉਂਦੇ ਨੇ, ਇਹ ਨਾ ਹੋਵੇ ਥੋੜ੍ਹਾ ਉੱਥੇ ਬਾਅਦ ਦੇ ਵਿੱਚ ਤੁਸੀਂ ਤੁਹਾਨੂੰ ਕੋਈ ਪੁੱਛੇ ਹੀ ਨਾ, ਹੈ ਨਾ, ਅਤੇ ਤੁਹਾਡਾ ਪੈਸੇ ਜਿਹੜੇ ਖਰਾਬ ਜਾਣ, ਅਤੇ ਤੁਹਾਡਾ ਸਭ ਤੋਂ ਜ਼ਰੂਰੀ ਆ ਜਿਹੜਾ ਤੁਹਾਡਾ ਟਾਈਮ ਤੁਹਾਡਾ ਖਰਾਬ ਹੋ, ਹੈ ਨਾ ਬੱਚੇ। ਹੁਣ ਤੁਸੀਂ ਦੱਸੋ ਉਸ ਚੀਜ਼ ਲੈ ਕੇ ਕਿੱਦਾਂ, ਮਤਲਬ ਉੱਥੇ ਕੀ ਸੀਨ ਸੀਗਾ ਅਤੇ ਇੱਥੇ ਆਪਣੇ ਵਾਲੇ 'ਚ ਕੀ ਸੀਗਾ? ਉੱਥੇ ਮੇਨ ਸਰ ਪੜ੍ਹਾਈ ਨਹੀਂ ਸੀਗੀ, ਇੱਥੇ ਪੜ੍ਹਾਈ ਵਧੀਆ ਜੀ, ਸਮਝ ਵੀ ਬਹੁਤ ਵਧੀਆ ਆਉਂਦੀ ਆ, ਅਤੇ ਖਾਣਾ ਪੀਣਾ ਜੀ ਬਹੁਤ ਫਰਕ ਆ ਜੀ। ਠੀਕ ਹੈ, ਹਾਂਜੀ, ਆਪਾਂ ਵਿੱਚ ਇੱਥੇ ਤਾਂ ਬਾਕੀ ਘਰ ਨੂੰ ਹੀ ਰਹਿੰਦੇ ਹੈਗੇ ਉੱਥੇ, ਨਾ ਮੰਨੇ ਚਲੋ ਉੱਥੇ ਥੋੜ੍ਹੇ ਕਿ ਵੀ ਆਏ ਵੀ ਲਾ ਲਓ ਗੱਲ, ਮੰਨ ਕੇ ਚਲੋ ਵੀ ਬਸ ਆਏ ਧੜੇ ਜਿਹੇ ਰਹਿੰਦੇ ਸੀਗੇ ਜੀ, ਇੱਕ ਹਿਸਾਬ ਦੇ ਸਖਤਾਈ ਸਖਤਾਈ ਵਾਲੀ ਜ਼ਿਆਦਾ ਸੀਗੀ ਸੀਗੀ। ਬਾਕੀ ਆਇਆ ਨਾ ਜੀ ਗੱਲ, ਸਖਤਾਈ 'ਚ ਪੜ੍ਹਿਆ ਵੀ ਨਹੀਂ ਜਾਂਦਾ ਜੀ ਜ਼ਿਆਦਾ ਸਖਤਾਈ 'ਚ, ਹੈ ਨਾ। ਆ ਹੁਣ ਵੀ ਦੇਖੋ ਜੀ, ਆ ਮੁੰਡਿਆਂ ਇੱਥੇ ਲੋਕਲ ਨਹੀਂ ਲੁਧਿਆਣੇ ਨੇ, ਅਤੇ ਇਹਨਾਂ ਨੇ ਕੁਛ ਕੰਮ ਦੇ ਲਈ ਜਾਣਾ ਸੀਗਾ, ਅਤੇ ਚਲੋ ਹੁਣ ਆਰਾਮ ਨਾਲ ਅਸੀਂ ਗੱਡੀ, ਮੈਂ ਕਿਹਾ ਚਲੋ ਨਾਲੇ ਵੀਡੀਓ ਬਣਾ ਲੈ, ਨਾਲੇ ਤਾਂ ਗੱਡੀ, ਹੈ ਨਾ, ਬੈਠੇ ਨਜ਼ਾਰੇ ਲੈ ਰਹੇ ਨੇ ਆਲ ਨੇ, ਹਾਂ, ਅਤੇ ਉਸ ਅਕੈਡਮੀ 'ਚ ਤਾਂ ਇੱਦਾਂ ਹੈ ਨਹੀਂ ਸੀ ਕੁਛ, ਸਾਰਾ ਪਰਿਵਾਰ ਮਾਹੌਲ ਆ। ਗੱਲ ਇੱਥੇ ਮੈਂ ਉਹੀ ਕਹਿਣਾ ਵੀ ਮੇਨ ਬੱਚੇ ਮਿਹਨਤੀ ਚਾਹੀਦੇ ਨੇ ਆਪਾਂ ਇੱਥੇ, ਇਹ ਨਾ ਹੋਵੇ ਇੱਥੇ ਆ ਕੇ ਬੱਚਾ ਟਾਈਮ ਪਾਸ ਕਰੀ ਜਾਵੇ, ਉਹ ਫਿਰ ਗੱਲਬਾਤ ਨਹੀਂ ਬਣ ਪਾਉਂਦੀ। ਹੁਣ ਇਹ ਮੁੰਡਿਆਂ ਕੋਲ ਬਸ ਇਹਨਾਂ ਨੇ ਇਹੀ ਗੱਲ ਕੀ ਆ ਕਿ ਸਰ ਆਪਾਂ ਨੇ ਸਿੱਧੇ ਚੱਲੀ ਜਾਣਾ, ਤੇ ਤੁਸੀਂ ਵੀ ਤੁਹਾਨੂੰ ਇਸ ਕਰਕੇ ਹੀ ਵੀਡੀਓ ਬਣਾ ਰਿਹਾ ਸਾਰਾ ਕਿ ਤੁਸੀਂ ਨਾ ਅਵੇਅਰ ਹੋ ਸਕੋ ਇਸ ਚੀਜ਼ ਲੈ ਕੇ। ਪੈਸਾ ਚਲੋ ਕੋਈ ਗੱਲ ਨਹੀਂ, ਪੈਸਾ ਤੁਸੀਂ ਅੱਜ ਦੀ ਗੱਲ ਕਮਾ ਲਓਗੇ, ਬਟ ਜਿਹੜਾ ਟਾਈਮ ਥੋੜ੍ਹਾ ਚੱਲੇ ਜਾਂਦਾ ਨਾ, ਜਿਹੜਾ ਟਾਈਮ ਉੱਥੇ ਵੇਸਟ ਹੋ ਜਾਂਦਾ ਹੈ, ਫਿਰ ਉਹ ਜਿਵੇਂ ਹੁਣ 2 ਮਹੀਨਿਆਂ ਨੂੰ ਵੇਸਟ ਹੀ ਕਰਿਆ ਜੀ, ਉੱਥੇ ਕੁਛ ਨਹੀਂ ਸੀਗਾ, ਕੁਛ ਨਹੀਂ ਸੀਗਾ, ਮੰਨੇ ਚਲੋ ਇੰਨਾ ਪੜ੍ਹਿਆ ਵੀ ਨਹੀਂ ਗਿਆ ਜੀ, ਨਾ ਹੀ ਕੋਈ ਐਡੀ ਕੋਈ ਫਿਜੀਕਲ ਦੀ ਤਿਆਰੀ ਮੰਨੇ ਚਲੋ ਕੀਤੀ ਗਈ ਜੀ, ਇੱਥੇ ਆ ਕੇ ਚਲੋ ਸਾਨੂੰ ਵਧੀਆ ਲੱਗਿਆ ਜੀ, ਨਾ ਹੀ ਪੜ੍ਹਨ ਦਾ ਕਿਤੇ ਰਹਿਣ ਸਹਿਣ ਵੀ ਵਧੀਆ ਵਧੀਆ ਜੀ। ਮੇਨਲੀ ਬੱਚਾ ਇਹੀ ਆ ਕਿ ਹਾਂ ਯਾਰ, ਉਹਨੂੰ ਬੱਚਾ ਜਾਂਦੇ ਇਸ ਕਰਕੇ ਆ ਕਿ ਗਰਾਊਂਡ ਮਿਲ ਜਾਵੇ ਵਧੀਆ, ਠੀਕ ਆ, ਵਧੀਆ ਕੋਚ ਮਿਲ ਜਾਵੇ ਵਧੀਆ ਤੁਹਾਡਾ, ਹੈ ਨਾ, ਜਿਹੜਾ ਸਟੱਡੀ ਵਾਲਾ ਮੇਨਲੀ, ਹੈ ਨਾ, ਹਾਂ, ਟੀਚਰ ਵਧੀਆ ਮਿਲ ਜਾਵੇ, ਤੁਹਾਨੂੰ ਸਮਝ ਆਵੇ, ਮੇਨਲੀ ਗੱਲ ਆ, ਇਹ ਨਹੀਂ ਹੈ ਕਿ ਉਹ ਕੁਛ ਕਰਾ ਰਹੇ ਆ ਤੁਹਾਨੂੰ ਕੋਈ ਸਮਝ ਨਹੀਂ ਆ ਰਿਹਾ ਹੈਗਾ, ਤਾਂ ਇੱਦਾਂ। ਹੁਣ ਜਿਵੇਂ ਆਪਾਂ ਇੱਥੇ ਪੰਜਾਬ ਪੁਲਿਸ ਕਰਾਉਂਦੇ ਇੱਥੇ 2-2 ਟੀਚਰ ਆਪਣੇ, ਸਭ ਤੋਂ ਵੱਡੀ ਗੱਲ ਕਿ ਜਿਹੜਾ ਤੁਹਾਡਾ ਸਾਹਮਣੇ ਖੜਾ ਤੁਹਾਨੂੰ ਪੜ੍ਹਾ ਰਿਹਾ ਉਹਦੇ ਕੋਲ ਖੁਦ ਕੁਛ ਹੋਵੇ, ਕੈਪੇਬਿਲਟੀ ਕੁਛ ਹੋਵੇ, ਹੈ ਨਾ, ਖੁਦ ਜੋਬ 'ਤੇ ਹੋਵੇ ਜਾਂ ਖੁਦ ਜੋਬ ਕੀਤੀ ਹੋਵੇ, ਤਾਂ ਕਿ ਮਹਿਕਮੇ ਬਾਰੇ ਪਤਾ ਹੋਵੇ ਉਹਨੂੰ ਸਾਰਾ। ਤਾਂ ਇਹ ਸੀਗੀਆਂ ਗੱਲਾਂ ਬਾਤਾਂ ਕੁਛ, ਠੀਕ ਹੈ ਜੀ, ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਬਣਦੀਆਂ ਸੀਗੀਆਂ, ਕਿਉਂਕਿ ਆਪਾਂ ਆਪਣਾ ਮੇਨ ਮਕਸਦ ਆਪਣਾ ਪੈਸੇ ਕਮਾਉਣਾ ਨਹੀਂ ਹੈ, ਪੈਸੇ ਕਮਾਉਣ ਨੂੰ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ, ਠੀਕ ਹੈ, ਅਕੈਡਮੀ ਖੋਲ੍ਹਣ ਦਾ ਮਤਲਬ ਸਾਡਾ ਪੈਸੇ ਕਮਾਉਣਾ ਨਹੀਂ ਹੈਗਾ, ਪੈਸੇ ਪੂਸੇ ਵਾਲੀ ਤਾਂ ਪਹਿਲਾਂ ਹੀ ਘਾਟ ਨਹੀਂ ਛੱਡੀ ਹੋਈ ਕੋਈ, ਹੈ ਨਾ, ਪਰ ਗੱਲ ਇਹ ਹੈ ਕਿ ਬੱਚਿਆਂ ਦਾ ਫਿਊਚਰ ਖਰਾਬ ਨਹੀਂ ਕਰਨਾ ਚਾਹੁੰਦੇ ਅਸੀਂ, ਹੈ ਨਾ, ਕਿਸੇ ਵੀ ਤਰ੍ਹਾਂ ਲੈ ਕੇ ਮੈਂ ਕੋਸ਼ਿਸ਼ ਕਰਦਾ ਜਿੰਨਾ ਹੋ ਸਕੇ ਆਪਣੇ ਵੀਡੀਓਜ਼ ਦੇ ਥਰੂ ਤੁਹਾਨੂੰ ਗਾਈਡ ਕਰਨ ਦੀ, ਹਰ ਇੱਕ ਚੀਜ਼ ਕਰਨ ਦੀ, ਤਾਂ ਕਿ ਬੱਚਾ ਕਿਤੇ ਦੇਖ ਠੀਕ ਹੈ ਜੀ। ਅਤੇ ਤੁਸੀਂ ਵੀ ਇਸ ਤਰ੍ਹਾਂ ਜ਼ਰੂਰ ਕਰੋ, ਜਦੋਂ ਵੀ ਤੁਸੀਂ ਕਿਸੇ ਅਕੈਡਮੀ 'ਚ ਜਾਣਾ ਹੈ, ਚਾਹੇ ਮੇਰੀ ਹੋ ਚਾਹੇ ਕੋਈ ਹੋਰ ਆ, ਕੋਈ ਵੀ ਅਕੈਡਮੀ ਆ, ਤੁਸੀਂ ਉੱਥੇ ਜਾ ਕੇ ਸਭ ਤੋਂ ਪਹਿਲਾਂ ਤਾਂ ਇਹੀ ਸਭ ਚੀਜ਼ਾਂ ਚੈੱਕ ਆਊਟ ਕਰੋ, ਜੇ ਹੋ ਸਕਦਾ ਤੁਸੀਂ ਉੱਥੇ ਡੈਮੋ ਜ਼ਰੂਰ ਲਵੋ, 2 ਦਿਨ ਦਾ ਡੈਮੋ ਲਵੋ, ਠੀਕ ਆ, ਤਾਂ ਕਿ ਤੁਹਾਨੂੰ ਉੱਥੇ ਦਾ ਜਿਹੜਾ ਮਾਹੌਲ ਆ
ਠੀਕ ਆ, ਸਾਰਾ ਪਤਾ ਲੱਗ ਜਾਂਦਾ ਕਿ ਕੀ ਗੱਲਬਾਤ ਆ ਕੀ ਨਹੀਂ, ਮੈਂ ਇੱਥੇ ਰਹਿ ਪਾਊਂਗਾ ਕਿ ਨਹੀਂ ਰਹਿ ਪਾਊਂਗਾ, ਹੈ ਨਾ। ਮੋਸਟਲੀ ਕੀ ਆ, ਬੱਚੇ ਫਿਰ ਪਹਿਲਾਂ ਹੀ ਫੀਸ ਵਗੈਰਾ ਭਰਦੇ ਨੇ ਸਾਰਾ ਕੁਛ, ਬਾਅਦ ਵਿੱਚ ਫਿਰ ਨਾ ਨਿਕਲਦਾ ਨਾ ਸਾਰੀਆਂ। ਪਿਆਰ ਮੁਹੱਬਤ ਜਿਹੜਾ ਲੈ ਕੇ ਚਲੇ ਜਾਣੇ ਤੁਸੀਂ, ਹੋਰ ਕੁਛ ਨੀ ਹੈਗਾ ਜ਼ਿੰਦਗੀ ਤੇ। ਕਿੰਨੀ ਦੂਰ ਰਹਿ ਗਿਆ ਹੁਣ? ਥੋੜੀ ਦੂਰ। ਕਿਹੜੇ ਏਰੇ ਪੈਂਦਾ ਤੁਹਾਡੇ ਘਰ? ਹਾਂਜੀ, ਆਪਣਾ ਸ਼ਿਮਲਾਪੁਰੀ। ਸ਼ਿਮਲਾਪੁਰੀ, ਸ਼ਿਮਲਾਪੁਰੀ ਦੇ ਬਾਰੇ ਕਮੈਂਟ ਜ਼ਰੂਰ ਕਰਿਓ, ਸ਼ਿਮਲਾਪੁਰੀ ਦੇ ਕੋਈ ਹੋਇਆ ਮੁੰਡੇ ਸ਼ਿਮਲਾਪੁਰੀ ਦੇ। ਸ਼ਿਮਲਾਪੁਰੀ ਫੇਮਸ ਬਹੁਤ ਆ, ਸਮਝ ਗਏ ਹੋਊਗੇ ਤੁਸੀਂ ਵੀ ਸ਼ਿਮਲਾਪੁਰੀ ਕਾਹਦੇ ਫੇਮਸ ਆ। ਬਾਕੀ ਚਲੋ ਠੀਕ ਹੈ ਦੋਸਤੋ, ਫਿਰ ਹੈ ਜਿਸ ਵੀ ਬੱਚੇ ਨੇ ਆਉਣਾ ਹੋਇਆ ਜ਼ਰੂਰ ਕੰਟੈਕਟ ਕਰ ਦਿਓ, ਠੀਕ ਹੈ।